वाहिगुरु जी का खालसा वाहिगुरु जी की फतेह। मैं थोड़ा अपना परमजीत सिंह, तुसी देख रहे थोड़ा अपना चैनल पी एस जमशेदिया। तो अज आप सवेरे सवेरे ही हाले टाइम तो खड़े हाँ महक के बिल्कुल ओपोजिट साइड थोड़ा अगे आके, तो आ एक ट्रक है जड़ा खेतों में डिग पिया। सवेरे सवेरे हादसा हो गया, यूरिया यूरिया खाद लगी हुई सी। आप दिखाने देखो ये इतों स्लिप करके साइड तो नाल ही तो थले डिग पिया। तो वीर हुण लगे हुए आ उहदे विचों माल सारा कढ के दूजे ट्रक विच लदण। भाजी बचाया, ड्राइवर का बचाया जी। चलो शुक्रिया, ड्राइवर का बचाया जी। कहिंदे पानी लगा होया सी झोने नूं। ਅਤੇ ਆਹ ਦੇਖੋ ਇੱਥੇ ਕਿਤੇ ਆ ਕੇ ਅਨਕੰਟਰੋਲਡ ਹੋ ਗਿਆ ਆ, ਸ਼ਾਇਦ ਅੱਖ ਲੱਗ ਗਈ ਹੋਵੇ ਡਰਾਈਵਰ ਦੀ, ਹੋ ਸਕਦਾ ਜਾਂ ਫਿਰ ਮੂਹਰਿਓ ਕੋਈ ਆਇਆ ਹੋਵੇ ਅਤੇ ਜਿਹਦੇ ਕਰਕੇ ਸਾਈਡ ਨੂੰ ਕਰਨਾ ਪਿਆ ਹੋਵੇ। ਬਿਲਕੁਲ ਸੜਕ ਦੇ ਨਾਲ ਹੀ ਆ। ਅਤੇ ਬਾਈ ਹੁਣੀ ਮਕੈਨਿਕ ਆ ਸਾਡੇ ਕੋਲ ਕੰਪਨੀ ਦੇ, ਜਿਸ ਕੰਪਨੀ ਦਾ ਟਰੱਕ ਆ, ਅਤੇ ਕਹਿੰਦੇ ਸਟੀਅਰਿੰਗ ਫਰੀ ਹੋਣ ਕਰਕੇ ਸਾਰਾ ਹਾਦਸਾ ਹੋਇਆ ਆ। ਆਹ ਦੇਖੋ ਉਹ ਅਨਕੰਟਰੋਲਡ ਹੋਈ ਗੱਡੀ ਜਿੱਧਰ ਨੂੰ ਧੂ ਕੇ ਲੈ ਗਈ। ਆਹ ਦੇਖੋ ਕਮਾਨੀਆਂ ਟੁੱਟ ਕੇ ਕੀ ਹਾਲ ਹੋਇਆ ਕਮਾਨੀਆਂ ਦਾ, ਦੋਨੇ ਕਮਾਨੀਆਂ ਉੱਪਰਲੀ ਵੀ ਥੱਲੇ ਵਾਲੀ ਸੱਜੀ ਅਤੇ ਖੱਬੀ ਦੋਨੇ ਟੁੱਟੀਆਂ ਹੋਈਆਂ ਆ। ਇੱਕ ਕਮਾਨੀ ਆ ਵਾ ਜੀ, ਦੂਜੀ ਕਮਾਨੀ ਦਾ ਉਹ ਪੀਸ ਹੈ ਇੱਥੇ ਟੁੱਟੀ ਹੈ। ਬੰਦਾ ਆਪਣਾ ਬਚਾਇਆ ਭਾਜੀ? ਠੀਕ ਹੈ ਵੀ ਸੱਟ ਪੇਟ ਬੰਦਾ ਸੇਫ ਆ, ਗੱਡੀ ਗੁੱਡੀ ਤਾਂ ਬਣ ਜਾਣੀ ਆ। ਗੱਡੀ ਦਾ ਕੀ ਆ, ਆਹੋ ਇਹ ਤਾਂ ਬਣ ਜਾਣਾ। ਬਹੁਤ ਬੁਰੀ ਤਰ੍ਹਾਂ ਡਿੱਗਿਆ ਆ, ਮਾਲ ਪੂਰਾ ਲੱਗਿਆ ਹੋਇਆ ਸੀ। ਕਿ ਡਰਾਈਵਰ ਅਤੇ ਕਰੈਕਟਰ ਦੀ ਜਾਨ ਬਚ ਗਈ ਆ, ਉਹਨਾਂ ਨੂੰ ਕੋਈ ਵੀ ਸਰਟੀਫਿਕੇਟ ਨਹੀਂ ਲੱਗੀ, ਕੋਈ ਬਹੁਤ ਘੱਟ ਇੰਜਰੀ ਆ। ਆਪਾਂ ਦੇਖਦੇ ਹਾਂ ਜੇ ਆਪਣੀ ਗੱਲਬਾਤ ਹੋ ਗਈ ਡਰਾਈਵਰ ਦੇ ਨਾਲ। ਆਹ ਦੇਖੋ ਲੇਬਰ ਲੱਗੀ ਹੋਈ ਆ ਜੀ ਮਾਲ ਚੱਕਣ, ਅੰਦਰਲੀ ਸਾਈਡ ਆ। ਆਤਰ ਪੈਲ ਜਿਹੜੀ ਉੱਪਰ ਦਿੱਤੀ ਹੋਣੀ ਆ ਉਹੀ ਥੱਲੇ ਆ ਗਈ, ਮਾਲ ਢੱਕਿਆ ਸੀ ਜਿਹਨਾਂ। ਤੁਸੀਂ ਬਾਅਦ ਚ ਨਾਲ ਹੈਗਾ ਸੀ ਕੋਈ ਬਾਈ ਦਾ ਕਿ ਇਕੱਲੇ ਸੀ ਭਾਜੀ ਹੁਣੀ? ਚਾਰ ਪੰਜ ਬੰਦੇ ਥੇ ਪਾਸ। ਤੁਸੀਂ ਨਾਲ ਹੀ ਸੀਗੇ? ਪੰਜ ਬੰਦੇ ਥਾ ਬਚਾਵ ਹੋ ਗਿਆ ਬੰਦੇ ਕੋ। ਚਲੋ ਬੰਦਾ ਬਚ ਗਿਆ, ਇਹ ਬਹੁਤ ਆ। ਸੱਟ ਸੁੱਟ ਲੱਗ ਕੇ ਬਚਾਵ ਹੋ ਗਿਆ। ਉਹ ਗੁੱਜੀਆਂ ਸੱਟ ਲੱਗ ਗਈਆਂ ਅੰਦਰ ਅੰਦਰ, ਬਾਹਰ ਸੇ ਨਹੀਂ ਹੈ ਨਾ ਕੋਈ? ਠੀਕ ਹੈ, ਸੱਟ ਸੁੱਟ ਲੱਗ ਕੇ ਬਚਾਵ ਹੋ ਗਿਆ। ਆ ਦੇਖੋ ਆਹ ਲੱਗਾ ਸੀ ਪਾਣੀ। ਤੇ ਹੁਣ ਆਊਗੀ ਕਰੇਨ ਜੀ, ਕਰੇਨ ਨਾਲ ਟਰੱਕ ਚੱਕ ਕੇ ਸਿੱਧਾ ਕਰਨਾ ਆ, ਅਤੇ ਮਾਲ ਚੱਕ ਹੁੰਦਾ ਫਿਰ ਦੇਖਦੇ ਹਾਂ ਕਦੋਂ ਕਰੇਨ ਆਉਂਦੀ ਆ। ਆਹ ਦੂਜਾ ਟਰੱਕ ਹੈ ਜੀ, ਮਾਲ ਲੱਗਾ ਜਾ ਰਿਹਾ ਇੱਥੇ ਹੁਣ। ਅੰਕਲ ਜੀ ਆਪ ਜੀ ਡਰਾਈਵਰ ਸੀਗੇ, ਠੀਕ ਹੈ ਤੁਸੀਂ? ਲੱਗੀ ਤੁਗੇ ਨਹੀਂ ਜ਼ਿਆਦਾ ਕਦੇ? ਹਾਂਜੀ ਲੱਗੀ ਆ, ਵੱਡੀ ਤਾਂ ਨਹੀਂ, ਉੱਦਾਂ ਗੁੱਜੀਆਂ ਲੱਗ ਗਈਆਂ ਨਾ। ਕਿਹਾ ਅੰਕਲ ਜੀ ਡਰਾਈਵਰ ਸੀਗੇ ਤਾਂ ਉੱਦਾਂ ਬਚਾਇਆ, ਗੁੱਜੀਆਂ ਲੱਗ ਗਈਆਂ। ਜਦੋਂ ਬੰਦਾ ਇੰਨੀ ਸਪੀਡ ਨਾਲ ਜਾ ਕੇ ਡਿੱਗਣੀ ਗੱਡੀ ਉੱਤੇ ਸੱਟਾਂ ਲੱਗਦੀਆਂ ਆ। ਚਲੋ ਉੱਦਾਂ ਵੱਡੀ ਕੋਈ ਸੱਟ ਪੇਟ ਨਹੀਂ ਲੱਗੀ, ਹੋਇਆ ਕੀ ਸਟੀਅਰਿੰਗ ਫਰੀ ਹੋ ਗਿਆ।
ठीक है जी, चलो कोई नहीं, थोड़ी जान सही है, तुम बैठे हैं वही बहुत यार। अंकल जी से चलो रेस्ट कर रहे हैं। लो जी ट्रक खिंच के क्रेन बाहर इन्ना कढ़िया गया तो क्रेन आई हुई है, तो हमने उन्होंने सीधा करना है तो आलो ट्रक करता सदा जी, आखो इतो डिग थले थले डिगया ट्रक इतो जी, और देखो माल जो हले चकन वाला बाकी आ ट्रैफिक रुकना पिया 5-7 मिनट लिए।